ਅਸਲਾਮ ਵਾਲੇਕਮ ਜੀ ਸਭ ਦਾ ਵਾਰਮ ਵੈਲਕਮ ਸਾਡੇ ਚੈਨਲ ਤੇ ਆ ਅਾਇਦਾ ਬੇਸਿਕ ਜਿਹੜੀ ਗੱਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੈ ਇੰਟਰਸਟਿੰਗ ਚੀਜ਼ ਹੈ ਕਿ ਸਪੇਨ ਦੇ ਵਿੱਚ ਕਿਹੜੇ ਉਹ 8 ਕਿਸਮਾਂ ਦੇ ਬੰਦੇ ਨੇ ਜਿਨ੍ਹਾਂ ਦੀ ਮੇਰੇ ਮਨ ਨੂੰ ਇਨਫਰਮੇਸ਼ਨ ਹੈ ਕਿਹੜੇ categories ਦੇ ਬੰਦੇ ਨੇ ਜਿਨ੍ਹਾਂ ਨੂੰ ਸਪੇਨ ਚ ਰਿਪੋਰਟ ਕਰਨਾ ਥੋੜਾ ਮੁਸ਼ਕਲ ਹੁੰਦਾ ਹੈ ਔਰ ਸਪੇਨ ਅਥਾਰਟिटीज ਪਾਸੇ ਵੀ ਟਫ ਹੁੰਦਾ ਹੈ ਔਰ ਇਸ ਦਰਾਂ ਕਿਨਨ ਨੂੰ ਇਹ ਇਹਨਾਂ ਨੂੰ ਰਿਪੋਰਟ ਨਹੀਂ ਕਰ ਸਕਦੇ ਹੈ ਨਾਰਮਲੀ ਤੌਰ ਤੇ ਸਾਡੀ ਕਮਿਊਨਿਟੀ ਦੇ ਅੰਦਰ ਇਹ ਬੜੀ ਵੱਡੀ ਮਿਥ ਚੱਲ ਰਹੀ ਹੈ ਕਈ ਬੰਦੇ ਫਿਰ ਮੈਨੂੰ ਕਮੈਂਟ ਸੈਕਸ਼ਨ 'ਚ ਜੋ ਸ਼ੇਅਰ ਕਰਦੇ ਨੇ ਕਿ ਸਪੇਨ ਤੋਂ ਵੀ ਰਿਪੋਰਟ ਇੱਕਨ ਹੋਣੀ ਹੋ ਗਈ ਹੈ ਕਿ ਕੋਈ ਬੰਦਾ ਸਪੇਨ ਤੋਂ ਵੀ ਰਿਪੋਰਟ ਹੁੰਦਾ ਬਿਲਕੁਲ ਸਰ ਹੁੰਦੇ ਨੇ ਸਪੇਨ ਤੋਂ ਵੀ ਬੰਦੇ ਰਿਪੋਰਟ ਹੈ اور ਸਪੇਨ ਅਥਾਰਟिटीज ਵੀ ਕੰਪੀਟੈਂਟ ਅਥਾਰਟिटीज ਨੇ ਉਹ ਇਹ ਵੀ ਦੇਖਦੇ ਨੇ ਕਿ ਬੰਦੇ ਨੂੰ ਰਿਪੋਰਟ ਕਰਨਾ ਤੇ ਕਰਦੇ ਨੇ ਹੈ ਠੀਕ ਹੈ ਜੀ ਉਹ ਇੱਕ علیحد੍ਹੀ ਗੱਲ ਹੈ ਕਿ ਸਪੇਨ ਦੇ ਵਿੱਚ 3 ਸਾਲ ਦਾ ਕਾਨੂੰਨ ਹੈ ਔਰ ਉਸ ਦੀ ਬੇਸ ਉੱਤੇ ਫਿਰ ਹੈ ਕਿ ਉਹ ਬੰਦਾ ਉਸ ਉਪਰ ਜੁਡੀਸ਼ੀਅਲ ਪ੍ਰੋਸੈਸ ਨੂੰ ਕੰਪਲੀਟ ਹੋਣ ਤੋਂ ਪਹਿਲੀ ਉਹ ਮਾਫ ਹੋ ਜਾਂਦੇ ਨੇ ਇੱਕ علیحد੍ਹੀ ਬਾਤ ਹੈ ਲੇਕਿਨ ਜਿਹੜੇ ਲੋਕ ਕੁਝ ਕ੍ਰਿਮੀਨਲ ਫੈਂਸ ਚਾਹੁੰਦੇ ਨੇ ਉਹਨਾਂ ਨੂੰ ਰਿਪੋਰਟ ਕੀਤਾ ਜਾਂਦਾ ਹੈ ਕਿ ਪਿਛਲੇ ਦਿਨ ਵਿੱਚ ਦੇ ਨਾਲ ਵਿੱਚ ਵੀ ਇੱਕ ਖਾਸ ਮੁਲਕ ਦਾ ਨਾਮ ਮੈਂਸ਼ਨ ਨਹੀਂ ਕਰਦਾ ਉੱਥੇ ਉਹਦੇ ਵਾਸਤੇ ਸਪੈਸ਼ਲ ਜਾਜ਼ ਗਿਆ ਉਹਨਾਂ ਬੰਦੇ ਨੂੰ ਲੈ ਗਿਆ ਇਹਨਾਂ ਦਿਨਾਂ ਜਿਵੇਂ ਸਾਲ 2022 ਦੇ ਵਿੱਚ ਹੈ ਠੀਕ ਹੈ ਜੀ ਤੇ ਹੁਣ ਅਸੀਂ ਸਟਾਰਟ ਕਰਨੇ ਆ ਕਿ ਕਿੰਨਾ ਬੰਦਿਆਂ ਨੂੰ ਸਪੈਨ ਅਥਾਰਟिटीज ਵਾਸਤੇ ਟਫ ਹੁੰਦਾ ਹੈ ਕਿਹੜੀਆਂ ਵਾਟ ਕੈਟਾਗਰੀਜ਼ ਨੇ ਜਿਸ ਦੇ ਦੌਰਾਨ ਸਪੈਨ ਅਥਾਰਟिटीज ਬੰਦੇ ਨੂੰ ਰਿਪੋਰਟ ਨਹੀਂ ਕਰਦੀ ਹੈ ਠੀਕ ਹੈ ਜੀ ਵਨ ਬਾਈ ਵਨ ਚੱਲਨੇ ਆ ਪਹਿਲੇ ਨੰਬਰ ਤੇ ਤੇ ਉਹ ਬੰਦੇ ਉਹ ਬੰਦੇ ਜਿਹੜੇ ਸਪੇਨ ਦੇ ਵਿੱਚ ਪੈਦਾ ਹੋਏ ਨੇ ਲੇਕਿਨ ਇਹਨਾਂ ਨੂੰ ਨੈਸ਼ਨੈਲਿਟੀ ਨਹੀਂ ਮਿਲੀ ਲੇਕਿਨ ਸਪੇਨ ਦੇ ਵਿੱਚ ਪੈਦਾ ਹੋਏ ਨੇ ਔਰ ਲਗਾਤਾਰ 5 ਸਾਲ ਰਹੇ ਨੇ ਸਪੇਨ ਦੇ ਵਿੱਚ ਹੈ ਉਲਟੀ ਮਸ਼ੀਨ ਕੋ ਆਨਿਅਸ ਤੇ ਉਹ ਬੰਦਿਆਂ ਨੂੰ ਸਪੇਨ ਅਥਾਰਟਿਜ਼ ਡਿਪੋਰਟ ਨਹੀਂ ਕਰਦੀ ਉਹ ਡਿਪੋਰਟ ਕਰਨਾ ਹੋਵੇ ਤੇ ਬਹੁਤ ਸੋਚ ਸਮਝ ਕੇ ਕੀਤਾ ਜਾਂਦਾ ਹੈ ਠੀਕ ਹੈ ਜੀ ਆ ਦੂਸਰੇ ਨੰਬਰ ਤੇ ਜਿਹੜੇ ਉਹ ਬੰਦੇ ਨੇ ਜਿਹਨਾਂ ਜਿਹੜੇ ਬੰਦੇ ਸਪੇਨ ਚ ਰਹਿੰਦੇ ਪਏ ਨੇ ਔਰ ਉਹਨਾਂ ਕੋਲ ਸਪੇਨ ਦਾ ਪਰਮਨੈਂਟ ਕਾਰਡ ਇਹਨੂੰ ਲਾਰਗਾ ਡਿਊਰੇਸ਼ਨ ਕਹਿੰਦੇ ਨੇ ਠੀਕ ਹੈ ਜੀ ਉਹ ਉਹਨਾਂ ਬੰਦਿਆਂ ਨੂੰ ਰਿਪੋਰਟ ਕਰਨ ਵਾਸਤੇ ਸਪੇਨ ਅਥਾਰਟिटीज ਜਿਹੜੀ ਹੈ ਅਗਰ ਕਿਸੇ ਨੇ ਕੋਈ ਬਹੁਤ ਵੱਡਾ ਕ੍ਰਿਮੀਨਲ ਫੈਂਸ ਕਰ ਲਿਆ ਤੇ ਫਿਰ ਵੀ ਬਹੁਤ ਚੀਜ਼ਾਂ ਨੂੰ ਦੇਖਿਆ ਜਾਂਦਾ ਹੈ ਮਿਸਾਲ ਦੇ ਤੌਰ ਤੇ ਕਿ ਇਹ ਬੰਦਾ ਕਿਤਨੇ ਅਸੇ ਤੋਂ ਸਪੇਨ ਚ ਰਹਿ ਰਿਹਾ ਠੀਕ ਹੈ ਜੀ ਔਰ ਇਸ ਤੋਂ ਇਲਾਵਾ ਐਸ ਬੰਦੇ ਨਾਲ ਕਿਹੜੇ ਕਿਹੜੇ ਫੈਮਿਲੀ ਰਿਲੇਟਡ ਦੇ ਮਿਸਾਲ ਦੇ ਤੌਰ ਤੇ ਉਸਨੇ ਫੈਮਿਲੀ ਮਗਾਈਏ ਕਿਤਨੇ ਬੰਦੇ ਉਸ ਤੇ ਡਿਪੈਂਡ ਕਰ ਲੈਨੇ ਹੈ ਔਰ ਅਗਰ ਇਹ ਬੰਦੇ ਨੂੰ ਰਿਪੋਰਟ ਕਰਾਂਗੇ ਤੇ ਉਹਨਾਂ ਦਾ ਕੀ ਬਣੇਗਾ ਠੀਕ ਹੈ ਜੀ ਔਰ ਇਹਦੀ ਫੈਮਿਲੀ ਦੇ ਵਿੱਚ ਕਿਤਨੇ ਛੋਟੀ ਉਮਰ ਦੇ ਬੱਚੇ ਨੇ ਉਹਨਾਂ ਦਾ ਕੀ ਮਸਤਕਬਲ ਹੋਵੇਗਾ ਔਰ ਅਗਰ ਇਸ ਬੰਦੇ ਦੀ ਫੈਮਿਲੀ ਪਿੱਛੇ ਹੀ ਹੈ ਇਹਦੇ origination ਕੰਟਰੀ ਵਿੱਚ ਹੀ ਹੈ ਤੇ ਉਹਨਾਂ ਦਾ ਕੀ ਬਣੇਗਾ ਉਸ ਤੇ ਕੀ ਸਰਕਮਸਟਾਂਸਸ ਆਉਣਗੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਹੂਲਤਾ ਨੇ ਇਹ ਲਾਰਜ ਅਡਰੈਸ਼ਨ 5 ਸਾਲਾਂ ਲਈ ਪੀਆਰ ਵਾਲੇ ਕਾਰਡ ਦੇ ਵਿੱਚ ਹੁੰਦੀਆਂ ਨੇ ਹੈ ਠੀਕ ਹੈ ਜੀ ਹੈ ਤੀਸਰੇ ਨੰਬਰ ਤੇ ਜਿਹੜੇ ਬੰਦੇ ਨੇ ਜਿਨ੍ਹਾਂ ਬੰਨਿਆਂ ਕੋਲ ਸਪੈਨਿਸ਼ ਨੈਸ਼ਨੈਲਿਟੀ ਬਾਈ ਓਰੀਜਿਨ ਸੀ ਲੇਕਿਨ ਕਿਸੇ وجہ ਤੋਂ ਉਹਨਾਂ ਨੇ ਓਰੀਜਿਨ ਉਹ ਨੈਸ਼ਨੈਲਿਟੀ ਉਹਨਾਂ ਦੀ ਖਤਮ ਹੋ ਗਈ ਏ ਉਹਨਾਂ ਨੂੰ ਵੀ ਡਿਪੋਰਟ ਮੁਸ਼ਕਲ ਹੁੰਦਾ ਟਫ ਹੁੰਦਾ ਔਰ ਤਕਰੀਬਨ ਮਜੋਰਟੀ ਕੇ ਸਚਨ ਨਹੀਂ ਕੀਤਾ ਜਾਂਦਾ ਹੈ ਠੀਕ ਹੈ ਜੀ ਐ ਚੌਥਾ ਨੰਬਰ ਤੇ ਜਿਹੜੇ ਬੰਦੇ ਐ ਸਪੈਨ ਦੇ ਵਿੱਚ ਕਿਸੇ ਹੈ ਮਤਲਬ ਨਾਰਮਲੀ ਇੰਜ ਹੁੰਦਾ ਹੈ ਕਿ ਜਦੋਂ ਵੀ ਕਿਸੇ ਬੰਦੇ ਦਾ ਐਕਸੀਡੈਂਟ ਹੁੰਦਾ ਹੈ ਕਿਸੇ ਵੀ ਕਿਸਮ ਦਾ ਉਹ ਅਗਰ ਉਹ ਕੰਮ ਕਰ ਰਿਹਾ ਸੀ ਤੇ ਉਹ ਮੈਜੋਰਿਟੀ ਕੇਸਸੇ 1.5 ਸਾਲ ਉਹ ਬੈ ਕੇ ਗਵਰਨਮੈਂਟ ਕੋਲੋਂ ਆਪਣੀ ਤਨਖਾਹ ਲੈਂਦਾ ਐ ਐਕਸੀਡੈਂਟ ਦੀ ਸੂਰਜ ਅਗਰ ਉਹ ਐਕਸੀਡੈਂਟ 1.5 ਸਾਲ ਚੱਲਦਾ ਇਹਨੂੰ ਕਹਿੰਦੇ ਨੇ ਇਨਕਪੈਸਿਟਾਟ ਪਰਮਾਨੈਂਟ ਤੇ ਠੀਕ ਹੈ ਜੀ ਔਰ ਅਗਰ 18 ਮਹੀਨੇ ਚੱਲ ਜੇ ਉਸ ਤੋਂ ਬਾਅਦ ਉਹਦੀ ਇਨਕਪੈਸਿਟਾਟ ਪਰਮਾਨੈਂਟ ਲੱਗ ਜਾਂਦੀ ਹੈ ਯਾਨੀ ਕਿ ਉਹ ਬੰਦਾ ਹੁਣ ਕੰਮ ਨਹੀਂ ਕਰ ਸਕਦਾ ਠੀਕ ਹੈ ਉਹ ਜਿੰਨਾ ਚਿਰ ਉਹਦੀ ਜ਼ਿੰਦਗੀ ਆਨੇ ਸਪੇਨ ਚ ਬੈ ਕੇ ਖਾਣਾ ਠੀਕ ਹੈ ਜੀ ਇਹਨੂੰ ਕਹਿੰਦੇ ਨੇ ਇਨ ਕਪੈਸਿਟਾ ਪਰਮਨੈਂਟ ਹੈ ਔਰ ਦੂਸਰੀ ਚੀਜ਼ ਜਿਹੜੀ ਹੈ ਉਹਨੂੰ ਕਹਿੰਦੇ ਨੇ ਪ੍ਰੈਸਟਾਸੀਓਨ ਕੰਟਰੀਬੂਟਿਵਾ ਠੀਕ ਹੈ ਜੀ ਇਹ ਹੁੰਦਾ ਹੈ ਪੈਨਸ਼ਨ ਹੁੰਦੀ ਹੈ ਬੰਦੇ ਦੀ ਠੀਕ ਹੈ ਜੀ ਇਹ ਜਿਹੜੀ ਇੱਕ ਖਾਸ ਉਮਰ ਤੋਂ ਬਾਅਦ ਲੱਗਦੀ ਹੈ ਇਹਨਾਂ ਦੋਵਾਂ ਕੈਟਾਗਰੀਆਂ ਨੂੰ ਵੀ ਡਿਪੋਰਟ ਨਹੀਂ ਕੀਤਾ ਜਾਂਦਾ ਹੈ ਠੀਕ ਹੈ ਜੀ ਇਹ ਵੀ ਸਪੈਸ਼ਲ ਕੈਟਾਗਰੀਆਂ ਹੋ ਗਈਆਂ ਨੇ ਠੀਕ ਹੈ ਜੀ ਕਿੰਨੀਆਂ ਬਣ ਗਈਆਂ 1 2 ਦੈਨ ਹੋ ਗਈਆਂ ਜੀ ਐ ਚਾਰ ਹੋ ਗਈਆਂ ਪੰਜਵੇਂ ਨੰਬਰ ਤੇ ਹੈ ਜਿਹੜੇ ਬੰਦੇ ਐ ਦੀ ਮਿਸਿਸ ਨੇ ਉਹ ਉਹਦੇ ਬੰਦੇ ਕੋਲ ਇੱਥੇ ਆ ਮਾ ਪਿੱਛੇ categories ਦਸੀਆਂ ਇਹਨਾਂ ਦੇ ਨਾਲ ਉਹਨਾਂ ਦੀ ਕੋਈ ਮਿਸਿਸ ਰਹਿੰਦੀ ਏ ਐਂਡ ਔਰ ਉਸ ਨੂੰ 2 ਸਾਲ ਹੋ ਗਏ ਨੇ ਸਪੇਨ ਦੇ ਵਿੱਚ ਤੇ ਉਹਨਾਂ ਨੂੰ ਵੀ ਰਿਪੋਰਟ ਕਰਨਾ ਮੁਸ਼ਕਲ ਹੋ ਜਾਂਦਾ ਹੈ ਔਰ ਅਗਰ ਉਹਨਾਂ ਦੇ ਨਾਲ ਬੱਚੇ ਰਹਿੰਦੇ ਨੇ ਤੇ ਉਹਨਾਂ ਦੇ ਵੀ ਉਹ ਕੇਸਿਸ ਨੂੰ ਸਮਝਿਆ ਜਾਏਗਾ ਕਿ ਇਹਨਾਂ ਦਾ ਕੀ ਬਣੇਗਾ ਔਰ ਇਹ ਬੱਚੇ ਕਾਨੂੰਨ ਕਿਸ ਤੇ ਡਿਪੈਂਡ ਕਰਨਗੇ ਹੈ ਠੀਕ ਹੈ ਜੀ ਔਰ 6ਵੇਂ ਨੰਬਰ ਤੇ ਕਿਸੇ ਵੀ ਬੰਦੇ ਦਾ ਅਗਰ ਕੋਈ ਜੁਡੀਸ਼ੀਅਲ ਪ੍ਰੋਸੈਸ ਚੱਲ ਰਿਹਾ ਹੈ ਖਾ ਉਹ ਕਿਸੇ ਵੀ ਕ੍ਰਿਮੀਨਲ ਕੇਸ ਵਿੱਚ ਵਾਂਟਡ ਹੈ ਔਰ ਪੁਲਿਸ ਨੇ ਫੜਿਆ ਹੈ ਜਾਂ ਉਹ ਜ਼ਮਾਨਤ ਦੇਵੇ ਔਰ ਉਸ ਦਾ ਅਦਾਲਤ ਵਿੱਚ ਕੇਸ ਚੱਲਦਾ ਪਿਆ ਹੈ ਉਸਨੇ ਵੀ ਰਿਪੋਰਟ ਨਹੀਂ ਕਰਦੇ ਹਨ ਉਸ ਦਾ ਵੀ ਕੇਸ ਜਿੰਨਾ ਚਿਰ ਫਾਇਨਲ ਫੈਸਲਾ ਨਹੀਂ ਹੁੰਦਾ ਔਰ ਉਸ ਤੋਂ ਬਾਅਦ ਉਸ ਬੰਦੇ ਨੂੰ ਸਜ਼ਾ ਨਹੀਂ ਹੁੰਦੀ ਉਹਨਾਂ ਚਿਰ ਉਸਨੇ ਵੀ ਰਿਪੋਰਟ ਨਹੀਂ ਕਰਦੇ ਹਨ ਉਹ ਇੰਤਜ਼ਾਰ ਕੀਤਾ ਜਾਂਦਾ ਠੀਕ ਹੈ ਜੀ 7ਵੇਂ ਨੰਬਰ ਤੇ ਜਿਹੜੇ ਬੰਦੇ ਸਪੇਨ ਚਾ ਕੇ ਸਿਆਸੀ ਪਨਾ ਅਪਲਾਈ ਕਰਦੇ ਨੇ ਹੈ ਔਰ ਇੰਟਰਨੈਸ਼ਨਲ ਪ੍ਰੋਟੈਕਸ਼ਨ ਦਾ ਕੇਸ ਜਿੰਨਾ ਚਿਰ ਚੱਲ ਰਿਹਾ ਹੁੰਦਾ ਜਾਂ ਜਿੰਨਾਂ ਨੂੰ ਮਿਲ ਗਈ ਹੁੰਦੀ ਹੈ ਉਨਾਂ ਨੂੰ ਵੀ ਸਪੈਨ ਰਿਪੋਰਟ ਨਹੀਂ ਕਰਦਾ ਹੈ ਠੀਕ ਹੈ ਜੀ ਹੈ ਔਰ 8ਵੇਂ ਨੰਬਰ ਤੇ ਅਗਰ ਕੋਈ ਬੀਬੀ ਪ੍ਰੈਗਨੈਂਟ ਹੈ ਠੀਕ ਹੈ ਜੀ ਹੈ ਉਸ ਨੂੰ ਵੀ ਸਪੈਨ ਰਿਪੋਰਟ ਨਹੀਂ ਕਰਦਾ ਹੈ ਉਹਨਾਂ ਚੀਂ ਨਹੀਂ ਕਰਦਾ ਕਿਉਂਕਿ ਜਿੰਨਾ ਚਿਰ ਉਸ ਦੀ ਡਿਲੀਵਰੀ ਨਹੀਂ ਹੁੰਦੀ ਡਬਲਯੂਬੀ ਦਾ ਪ੍ਰੋਸੈਸ ਕੰਪਲੀਟ ਨਹੀਂ ਹੁੰਦਾ ਉਸ ਤੋਂ ਬਾਅਦ ਜਾ ਕੇ ਫਿਰ ਉਸ ਦਾ ਕੋ ਪ੍ਰੋਸੈਸ ਸ਼ੁਰੂ ਹੋਵੇਗਾ ਲੇਕਿਨ ਇਨ ਡਿਊਰਿੰਗ ਨੂੰ ਉਸ ਨੂੰ ਮੀ ਡਿਪੋਰਟ ਨਹੀਂ ਕੀਤਾ ਜਾਂਦਾ ਇਹ ਆਟ ਮੇਨ categories ਨੇ ਜਿਨ੍ਹਾਂ ਨੂੰ ਸਪੈਨਸ 30s ਬੜਾ ਬੋਰ ਰੱਖਦੀ ਹੈ ਔਰ ਡਿਪੋਰਟ ਕਰਨ ਤੋਂ ਪਹਿਲੇ ਬਹੁਤ ਦਫਾ ਸੋਚਦੀ ਹੈ ਠੀਕ ਹੈ ਜੀ ਇਹ ਬਾਕੀ ਜੀਮ ਦੇ ਬਸਤੇ ਰਵੋ ਜਿੱਥੇ ਵੀ ਰਵੋ ਆਬਾਦ ਰਵੋ ਖੁਦਾ ਸਾਬ ਦਾ ਹਾਮੀ ਹੋ ਨਾ ਸਰ ਰਵੇ ਟੇਕ ਕੇਅਰ ਅਲਾ ਹਫਜ਼